चल पे हाँ भाई समूह नगर निवासियों नूं बेनती कीती जांदी है भी इलाके च इक ना ओपरा जिहा बंदा तुरिया फिरदा ਉਹ ਕਹਿੰਦਾ ਮੇਰੀ ਚਿੜੀ ਗਵਾਚ ਗਈ ਜੇ ਕਿਸੇ ਨੂੰ ਚਿੜੀ ਦੀ ਖਬਰਸਾਰ ਮਿਲੇ ਭਾਈ ਇੱਥੇ ਇਤਲਾਹ ਕਰੇ ਸਾਡੇ ਕੋਲੇ ਉਹਨੂੰ ਇਨਾਮ ਦੇ ਵਿੱਚ ਸ਼ਾਬਾਸ਼ ਦਿੱਤੀ ਜਾਊਗੀ ਕਿਉਂ ਨਾ ਵਿੱਚ ਜ਼ਮੀਨ ਕਿਉਂਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਤਾਂ ਆਪਣੀ ਮਾਂ ਨੂੰ ਕਿਹੜੇ ਪਿਓ ਦੇ ਆਸੇ ਛੱਡ ਕੇ ਗਿਆ ਸੀ ਕੈਨੇਡਾ ਸਦੀ ਐਂਟਰੀ ਕੋਡ ਤੇ ਹੁੰਦੀ ਹੈ ਕਿਸੇ ਦੀ ਜੀਪ ਤੇ ਹੁੰਦੀ ਹੈ ਕਿਸੇ ਦੀ ਬੰਬੂ ਗਾਰਡ ਤੇ ਹੁੰਦੀ ਹੈ ਸਾਲਾਂ ਨੇ ਮੇਰੀ ਬੇਲਣੇ ਦੀ ਕਰਤੀ ਸਿੱਖ ਲਾ ਬਿਆਕਰਮ ਸਿਆ ਸਾਰੀ ਉਮਰ ਇਹੀ ਕੰਮ ਆਉਣਾ ਚੋਰੀ ਕਰਦੇ ਪੈਸੇ ਲੱਭਦਾ ਸੀ ਰਾਤ ਬੰਦੇ ਵੱਧ ਗਏ ਯਾਰ ਕੁਛ ਸੋਚਿਆ ਕੰਮ ਬਾਰੇ ਯਾਰ ਰਾਤ ਸੋਚਣ ਹੀ ਲੱਗੇ ਸੀ ਬਸ ਸੋਚਦੇ ਸੋਚਦੇ ਸੈੱਟ ਹੋ ਗਏ ਸੱਚ ਜਾਣੀ ਪੰਜਾਬ ਜਾਣ ਨਾ ਤਰਸਿਆ ਤੁਹਾਡਾ ਪਾਸਪੋਰਟ ਤਾਂ ਦੁਨੀਆ 'ਚ ਬਸ ਇੱਕੋ ਹੀ ਬੰਦਾ ਦਵਾ ਸਕਦਾ ਹੈ ਦਾਦੂ ਜੇ ਤੁਸੀਂ ਬੱਗੇ ਮੈਨੂੰ ਆਟੇ ਦੀ ਚਿੜੀ ਦੀ ਕਹਾਣੀ ਕੌਣ ਸੁਣਾਇਆ ਕਰੂ ਪੰਜਾਬ 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 ਤੁਹਾਡਾ ਰੰਗਲਾ ਪੰਜਾਬ ਗੰਦਲਾ ਹੋ ਚੁੱਕਾ ਹੈ ਮੈਂ ਪੰਜਾਬ ਜਿਹੋ ਜਿਹਾ ਛੱਡ ਕੇ ਆਇਆ ਸੀ ਪੰਜਾਬ ਬਿਲਕੁਲ ਉਹੋ ਜਿਹਾ ਹੀ ਹੈ ਆਪਾਂ ਸਾਰੇ ਚੱਲਦੇ ਹਾਂ ਪੰਜਾਬ ਇੱਕ ਮਹੀਨੇ ਲਈ ਤੇ ਜੇ ਪੰਜਾਬ ਉਦਾਂ ਦਾ ਰਿਹਾ ਜਿੱਦਾਂ ਦਾ ਤੁਸੀਂ ਸੋਚ ਰਹੇ ਹੋ ਮੈਂ ਤੁਹਾਡੀ ਹਰ ਗੱਲ ਮੰਨੂੰਗੀ ਪਰ ਜੇ ਨਹੀਂ ਰਿਹਾ ਤਾਂ ਤੁਹਾਨੂੰ ਮੇਰੀ ਹਰ ਗੱਲ ਮੰਨਣੀ ਪੈਣੀ ਹੈ ਲੱਗੀ ਸ਼ਰਤ ਜਿੰਨੂ ਕਾ ਪਾਪਾ ਕੌਣ ਛਮੀਆਂ ਕਾ ਫੋਨ ਵਾ ਤੋ ਨਾ ਹੈ ਨਾ ਫੋਨ ਵੀ ਛਮੀਆਂ ਸਮਝ ਕਰ ਉਠਾ ਰਹੀ ਨਹੀਂ ਜ਼ਿੰਦਗੀ ਝਗੜਾ ਤੇ ਕਾ ਢੋਲ ਬਨ ਗਈ ਤੋ ਹਮ ਕੌਣ ਸਾ ਖੁਸ਼ਬਾਨੀ ਤੂੰ ਮੈਨੂੰ ਲੈਣ ਕਿਉਂ ਨਹੀਂ ਆਇਆ ਪਿਛਲੇ 15 ਸਾਲਾਂ ਤੋਂ ਤੁਸੀਂ ਲੰਡੂ ਜੇ ਪੈਗ ਲਾ ਕੇ ਮੈਨੂੰ ਰੋਜ਼ ਫੋਨ ਕਰਦੇ ਸੀ ਆਉਂਦੇ ਹੈ ਨਹੀਂ ਸੀ ਐਤਕੀ ਮੈਂ ਜਦੋਂ ਤੈਨੂੰ ਫੋਨ ਕੀਤਾ ਤੜਕਾ ਸੀ ਉੱਥੇ ਮੇਰੀ ਪੀਤੀ ਹੋਈ ਨਹੀਂ ਸੀ ਇੱਥੇ ਤਾਂ ਸ਼ਾਮ ਸੀ ਜੀ ਫਿਰ ਮੈਂ ਪੀ ਲਈ ਹੋਣੀ ਓ ਹੈਲੋ ਕਮਰੀਆ ਆ ਸਵੇਰੇ ਸਵੇਰੇ ਗੱਡੀ ਧੋਈ ਜਾਣਾ ਨਹੀਂ ਗੱਡੀ ਨੂੰ ਪਾਣੀ ਦੇ ਰਿਹਾ ਕੀ ਪਤਾ ਵੱਡੀ ਹੋ ਜੇ ਇਹ ਪੰਜਾਬੀ ਕੁਝ ਜ਼ਿਆਦਾ ਨਹੀਂ ਮੌੜ ਹੋ ਗਏ ਉੱਥੇ ਆਪਣੇ ਕੋਲੋਂ ਗੱਡੀ ਦੀਆਂ ਕਿਸ਼ਤਾਂ ਨਹੀਂ ਦੇਈ ਹੁੰਦੀਆਂ ਇੱਥੇ ਗੱਡੀ ਨਾਲ ਕੱਟਾ ਬਣੀ ਫਿਰਦੇ ਆ ਨਾ ਨਾ ਗੱਡੀ ਨਾਲ ਕੱਟਾ ਨਹੀਂ ਕੱਟੇ ਨਾਲ ਗੱਡੀ ਬਣੀ ਹੋਈ ਹੈ ਹਾਈਵੇ ਕੱਢ ਰਹੇ ਆ ਜੀ ਤੁਹਾਡੀ ਜ਼ਮੀਨ 'ਚ ਐ ਕਿਵੇਂ ਨਿਕਲ ਜੂ ਤੇਰਾ ਹਾਈਵੇ ਮੇਰੀ ਜ਼ਮੀਨ 'ਚੋਂ ਇਹ ਦੋਨੇ ਪਾਸੇ ਕਿੰਨੀ ਕੁ ਬਚੂ ਜੀ ਜ਼ਮੀਨ 3 ਫੁੱਟ ਇੱਧਰ 3 ਫੁੱਟ ਇੱਧਰ ਚਲੋ ਗਮਲੇ ਰੱਖਣ ਜੋਗੀ ਤਾਂ ਬਚ ਗਈ ਜੀ ਗਮਲੇ ਕੁਛ ਬੰਦੇ ਗਲਤ ਹੋਣ ਨਾਲ ਸਾਰਾ ਪੰਜਾਬ ਗਲਤ ਨਹੀਂ ਹੋ ਸਕਦਾ ਤੇ ਕੁਛ ਬੰਦੇ ਸਹੀ ਹੋਣ ਨਾਲ ਸਾਰਾ ਪੰਜਾਬ ਵੀ ਸਹੀ ਨਹੀਂ ਹੋ ਸਕਦਾ ਬਾਪੂ ਜੀ ਜੁੱਤੀ ਝਾੜ ਕੇ ਚੜੀ ਮੁਟਿਆਰੇ ਨੀ ਗੱਡੀਆਂ ਛੱਕੀ ਨੇ ਜੱਟ ਦੇ ਮਿੱਟੀ ਤਾਂ ਮੇਰੀ ਜੁੱਤੀ ਨਾਲ ਵੀ ਬਹੁਤ ਲੱਗੀ ਹੈ ਝਾੜਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਅਮਰਿਤ ਮਾਨ ਉਮੀਦ ਹੈ ਕਿ ਤੁਹਾਨੂੰ ਆਟੇ ਦੀ ਚਿੜੀ ਦਾ ਟ੍ਰੇਲਰ ਬਹੁਤ ਪਸੰਦ ਆਇਆ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਬਸਕ੍ਰਾਈਬ ਕਰੋ ਜੀ ਲੋਕ ਟੋਨ ਦਾ ਅਫੀਸ਼ੀਅਲ YouTube ਚੈਨਲ ਟੂ ਗੈਟ ਦ ਲੇਟੈਸਟ ਇਨਫੋਰਮੇਸ਼ਨ ਐਂਡ ਸੰਗਸ ਔਨ ਆਵਰ ਫਿਲਮ ਤੁਹਾਡੀ ਫਿਲਮ ਆਟੇ ਦੀ ਚਿੜੀ ਕੀਪ ਸਪੋਰਟਿੰਗ ਥੈਂਕ ਯੂ